ਤਿੰਨ ਨੂੰ ਪਹਿਲਾਂ ਬੀਐਸਪੀ ਸੀਗਾ, ਉਸ ਤੋਂ ਬਾਅਦ ਉਹ ਬਾਬੂ ਕਾਂਸੀ ਰਾਮ ਜੀ ਨੂੰ ਔਰ ਬੀਐਸਪੀ ਨੂੰ ਧੋਖਾ ਦੇ ਗਿਆ। ਉਸ ਤੋਂ ਬਾਅਦ ਉਹਨੇ ਆਪਣੀ ਪਾਰਟੀ ਬਣਾ ਲਈ, ਆਪਣੀ ਪਾਰਟੀ ਤੋਂ ਵੀ ਛੱਡ ਗਿਆ, ਉਹ ਚੱਲੀ ਉਹ ਨਹੀਂ। ਫਿਰ ਉਹ ਅਕਾਲੀ ਦਲ 'ਚ ਆ ਗਿਆ, ਫਿਰ ਕਹਿੰਦਾ ਜੀ ਮੈਂ ਬਾਦਲਾਂ ਦਾ ਸਕਾ ਪੁੱਤ ਹੈ, ਉਹਨਾਂ ਨੂੰ ਵੀ ਧੋਖਾ ਦੇ ਗਿਆ। ਹੁਣ ਉਹ ਇਹਦੇ ਵਿੱਚ ਹੈ, ਆਮ ਆਦਮੀ ਪਾਰਟੀ 'ਚ ਹੈ। ਰਿੰਕੂ ਹੈ, ਉਹ ਪਹਿਲਾਂ ਕਾਂਗਰਸ ਵਿੱਚ ਸੀ, ਕਾਂਗਰਸ ਨੂੰ ਧੋਖਾ ਦੇ ਕੇ ਉਹ ਆਮ ਆਦਮੀ ਪਾਰਟੀ 'ਚ ਗਿਆ। ਆਮ ਆਦਮੀ ਪਾਰਟੀ ਨੇ ਉਹਨੂੰ MP ਬਣਾਤਾ, ਅਗਲੀ ਟਿਕਟ ਵੀ ਦੇ ਦਿੱਤੀ ਉਹਨਾਂ ਨੂੰ ਛੱਡ ਕੇ। ਹੁਣ ਉਹਨਾਂ ਨੂੰ ਧੋਖਾ ਦੇ ਕੇ ਉਹ BJP 'ਚੋਂ ਲੜ ਰਿਹਾ। ਇਹ ਜਿਹੜੇ ਧੋਖੇ ਵਾਲੇ ਬੰਦੇ ਹੈ, ਉਹਨਾਂ ਨੂੰ ਮੇਰੇ ਨਾਲ ਕੰਪੇਅਰ ਨਾ ਕਰੋ। BJP ਨੇ ਕੋਈ ਆਫਰ ਦਿੱਤੀ ਸੀ? BJP ਤਾਂ ਹਰ ਕਿਸੇ ਨੂੰ ਆਫਰ ਦੇ ਰਹੀ ਪੰਜਾਬ ਦਾ। ਇਹੀ ਸੁਨੀਲ ਜਾਖੜ ਹੈ ਜਿਹੜਾ ਇੱਕ ਦਿਨ BJP ਨੂੰ ਗਾਲਾਂ ਕੱਢਦਾ ਸੀ ਕਿ ਜੀ ਤੁਸੀਂ ਸਾਡੀ ਕਿਸਾਨੀ ਬਰਬਾਦ ਕਰ ਰਹੇ ਹੋ, ਅੱਜ BJP ਚੰਗੀ ਹੋ ਗਈ। ਤੁਸੀਂ ਫੌਜ ਨੂੰ ਲੈ ਕੇ ਸਟੰਟਬਾਜ਼ੀ ਵਾਲਾ ਬਿਆਨ, ਉਹ ਕੀ ਸੀਗਾ, ਮਤਲਬ ਕੀ ਸੀਗਾ, ਔਰ ਉਸ ਜਾਂਚ ਨੂੰ ਲੈ ਕੇ ਤੁਹਾਡੇ ਤੇ ਐਕਸ਼ਨ ਜਾਂ ਤੁਹਾਡੀ ਮੁਸ਼ਕਿਲ ਵੱਧ ਸਕਦੀ? ਐਕਸ਼ਨ ਆਤੇ ਹੈ ਤੋ ਐਸੇ ਸਟੰਟ ਖੇਲੇ ਜਾਤੇ ਹੈ ਔਰ BJP ਕੋ ਜਿਤਾਨੇ ਕਾ ਸੰਵਿਧਾਨ ਤਿਆਰ ਕੀਆ ਜਾਤਾ ਹੈ। ਚੰਨੀ ਸਾਹਿਬ, ਜਲੰਧਰ ਦੇ ਲੋਕਾਂ ਨੂੰ ਕਨਫਿਊਜ਼ਨ ਹੈ, ਜਲੰਧਰ ਦੇ ਲੋਕ ਸਮਝ ਨਹੀਂ ਪਾ ਰਹੇ ਕਿ ਵੋਟ ਕਿਹਨੂੰ ਪਈ ਹੈ। ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ, ਉਹ ਕਹਿੰਦੇ ਚੰਨੀ ਸਾਹਿਬ ਚਮਕੌਰ ਸਾਹਿਬ ਤੋਂ ਆ ਗਏ, ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹ ਅਕਾਲੀ ਦਲ ਤੋਂ ਆ ਗਏ, ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਨੇ ਉਹ ਕਾਂਗਰਸ ਤੋਂ ਆ ਗਏ, ਔਰ ਜਿਹੜੇ BJP ਦੇ ਕੈਂਡੀਡੇਟ ਨੇ ਉਹ ਕਾਂਗਰਸ ਤੋਂ ਆਮ ਆਦਮੀ ਪਾਰਟੀ ਤੋਂ ਹੁੰਦੇ ਹੋਏ BJP 'ਚ ਆ ਗਏ, ਅਸੀਂ ਕਿੰਨੇ 'ਤੇ ਵਿਸ਼ਵਾਸ ਕਰੀਏ? ਦੇਖੋ, ਤੁਸੀਂ ਮੇਰਾ ਚਮਕੌਰ ਸਾਹਿਬ ਦੇ ਆਉਣ ਦੇ ਨਾਲ ਉਹਨਾਂ ਦੀ ਪਾਰਟੀ ਬਦਲਣ ਨੂੰ, ਦਲ ਬਦਲੋ ਨੂੰ ਕਨਫਿਊਜ਼ ਨਾ ਕਰੋ। ਮੈਂ ਕਾਂਗਰਸੀ ਸੀ, ਕਾਂਗਰਸ ਦੀ ਪਾਰਟੀ ਤੋਂ ਲੜ ਰਿਹਾ। ਮੇਰਾ ਹਲਕਾ ਰਿਜ਼ਰਵ ਨਹੀਂ ਸੀ, ਮੈਨੂੰ ਰਿਜ਼ਰਵ ਹਲਕੇ 'ਚ ਭੇਜਿਆ ਗਿਆ। ਲੇਕਿਨ ਇਹ ਲੋਕ ਹੈ ਜਿਹੜੇ, ਇਹ ਤਾਂ ਚਾਰ ਚਾਰ ਪਾਰਟੀਆਂ ਟੱਪ ਕੇ ਆਏ ਹੈ। ਤਿੰਨੋਂ ਪਹਿਲਾਂ BSP ਸੀਗਾ, ਜਦ ਕਹਿਣਾ ਸੀ ਮੈਂ ਬਾਬੂ ਕਾਂਸੀ ਰਾਮ ਜੀ ਦਾ ਪੱਕਾ ਚੇਲਾ, ਉਸ ਤੋਂ ਬਾਅਦ ਉਹ ਬਾਬੂ ਕਾਂਸੀ ਰਾਮ ਜੀ ਨੂੰ ਔਰ BSP ਨੂੰ ਧੋਖਾ ਦੇ ਗਿਆ। ਉਸ ਤੋਂ ਬਾਅਦ ਉਹਨੇ ਆਪਣੀ ਪਾਰਟੀ ਬਣਾ ਲਈ, ਆਪਣੀ ਪਾਰਟੀ ਤੋਂ ਵੀ ਛੱਡ ਗਿਆ, ਉਹ ਚੱਲੀ ਉਹ ਨਹੀਂ। ਫਿਰ ਉਹ ਅਕਾਲੀ ਦਲ 'ਚ ਆ ਗਿਆ, ਫਿਰ ਕਹਿੰਦਾ ਜੀ ਮੈਂ ਬਾਦਲਾਂ ਦਾ ਸਕਾ ਪੁੱਤ ਹੈ, ਉਹਨਾਂ ਨੂੰ ਵੀ ਧੋਖਾ ਦੇ ਗਿਆ। ਹੁਣ ਉਹ ਇਹਦੇ ਵਿੱਚ ਹੈ, ਆਮ ਆਦਮੀ ਪਾਰਟੀ 'ਚ ਹੈ। ਚਾਰ ਘਰ ਟੱਪ ਚੁੱਕਿਆ ਹੈ, ਚਾਰ ਪਾਰਟੀਆਂ ਨੂੰ ਧੋਖਾ ਦੇ ਚੁੱਕਿਆ ਹੈ, ਲੋਕਾਂ ਦਾ ਬੇਵਿਸ਼ਵਾਸੀ ਉਹਨੇ ਕੀਤੀ ਹੈ, ਉਹਦੀ ਕੋਈ ਭਰੋਸੇਯੋਗਤਾ ਨਹੀਂ। ਦੂਸਰਾ ਟੀਨੂ ਹੈ, ਰਿੰਕੂ ਹੈ, ਉਹ ਪਹਿਲਾਂ ਕਾਂਗਰਸ ਵਿੱਚ ਸੀ, ਕਾਂਗਰਸ ਨੂੰ ਧੋਖਾ ਦੇ ਕੇ ਉਹ ਆਮ ਆਦਮੀ ਪਾਰਟੀ 'ਚ ਗਿਆ। ਆਮ ਆਦਮੀ ਪਾਰਟੀ ਨੇ ਉਹਨੂੰ MP ਬਣਾਤਾ, ਅਗਲੀ ਟਿਕਟ ਵੀ ਦੇ ਤੀ ਉਹਨੇ, ਗੁਰਦੁਆਰਾ ਸਾਹਿਬ ਮੱਥਾ ਵੀ ਟੇਕ ਲਿਆ ਉਹਨਾਂ ਨੂੰ ਛੱਡ ਕੇ। ਹੁਣ ਉਹਨਾਂ ਨੂੰ ਧੋਖਾ ਦੇ ਕੇ ਉਹ BJP 'ਚੋਂ ਲੜ ਰਿਹਾ। ਇਹ ਜਿਹੜੇ ਧੋਖੇ ਵਾਲੇ ਬੰਦੇ ਹੈ, ਉਹਨਾਂ ਨੂੰ ਮੇਰੇ ਨਾਲ ਕੰਪੇਅਰ ਨਾ ਕਰੋ। ਮੈਂ ਆਪਣੀ ਪਾਰਟੀ 'ਚ ਖੜਾ, ਮੇਰੇ ਪਰ ਤਸ਼ੱਦਦ ਵੀ ਹੋ ਲਿਆ, ਮੈਨੂੰ ਲਾਲਚ ਵੀ ਦੇ ਲਿਆ, ਮੈਨੂੰ ਡਰਾ ਕੇ ਵੀ ਦੇਖ ਲਿਆ, ਮੇਰੇ ਪਿੱਛੇ ਪੁਲਿਸ ਵੀ ਆ ਲਈ, ਮੇਰੇ ਪਿੱਛੇ ਏਜੰਸੀਆਂ ਵੀ ਆ ਲਈਆਂ। ਲਾਲਚ ਤੇ ਡਰਾਇਆ ਕਿੰਨੇ? ਦੇਖੋ, ਦੂਸਰੀਆਂ ਪਾਰਟੀਆਂ ਹੁਣ ਜਿਹੜੇ ਵਿਜੀਲੈਂਸ ਭੇਜਦੇ ਹੈ, ਜਿਹੜੇ ED ਔਰ ਹੋਰ ਮੇਰੇ ਪਿੱਛੇ, ਦੋ ਸਾਲ ਤੋਂ ਜਿਹੜੇ ਮੇਰੇ ਮਗਰ ਪਏ ਹੋਏ ਏਜੰਸੀਆਂ, ਇਹ ਹੋਰ ਕਿਆ ਹੁੰਦਾ? BJP ਨੇ ਆਫਰ ਦਿੱਤੀ ਸੀ ਮੇਰੇ ਖਿਲਾਫ, ਅੱਜ ਤੱਕ ਕੁਛ ਮਿਲਿਆ ਇਹਨਾਂ ਨੂੰ? ਮੇਰੇ ਖਿਲਾਫ ਕੋਈ ਪਰਚਾ ਕਰ ਸਕੇ, ਮੈਨੂੰ ਫੜ ਸਕੇ? BJP ਨੇ ਕੋਈ ਆਫਰ ਦਿੱਤੀ ਸੀ? ਦੇਖੋ, ਇਹ ਹੈ ਕਿ ਹਰ ਪਾਰਟੀ ਕੋਸ਼ਿਸ਼ ਕਰਦੀ ਹੈ ਕਿ ਹਰ ਬੰਦੇ ਨੂੰ, BJP ਤਾਂ
ਹਰ ਕਿਸੇ ਨੂੰ ਆਫਰ ਦੇ ਰਹੀ ਪੰਜਾਬ ਤੁਹਾਨੂੰ ਕੀ ਦਿੱਤੀ ਸੀ? ਮੈਂ ਨੀ ਇਹ ਗੱਲ ਕਰਦਾ, ਪੈਸਿਆਂ ਦੀ ਆਫਰ ਸੀ ਦੇਖੋ ਜਾਂ ਈਡੀ ਦਾ ਡਰ ਸੀ? ਮੇਰੀ ਗੱਲ ਸੁਣੋ, ਰਿੰਕੂ ਹੈ ਜਿਹੜਾ ਉਹਨੂੰ ਪੈਸੇ, ਉਹਨੂੰ ਲਾਲਚ, ਉਹਨੂੰ ਸਭ ਕੁਝ ਦੇ ਕੇ ਲੈ ਕੇ ਗਏ ਇੱਥੇ। ਜਿੰਨੇ ਬੀਜੇਪੀ 'ਚ ਗਏ ਹੈ ਸਭ ਨੂੰ ਪਤਾ ਹੈ ਕਿ ਬੀਜੇਪੀ ਪੰਜਾਬ ਦੇ ਨਾਲ ਦੁਸ਼ਮਣੀ ਕਮਾ ਰਹੀ ਹੈ। ਸਭ ਨੂੰ ਪਤਾ ਹੈ ਕਿ ਜੀ ਕਿਸਾਨਾਂ ਨੂੰ ਖਤਮ ਕਰਕੇ, ਬੀਜੇਪੀ ਕਿਸਾਨੀ ਨੂੰ ਖਤਮ ਕਰਕੇ ਪੰਜਾਬ ਦੀ ਅਰਥ ਵਿਵਸਥਾ ਵਿਗਾੜਨੀ ਚਾਹੁੰਦੀ ਹੈ ਅਤੇ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੀ ਹੈ। ਇਹ ਸੁਨੀਲ ਜਾਖੜ ਕਹਿ ਰਹੇ, ਕਹਿੰਦੇ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਇਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਮੋਹਰਾ ਨੇ, ਅਸੀਂ ਗੱਲਬਾਤ ਲਈ ਬੁਲਾਉਂਦੇ ਹਾਂ, ਗੱਲਬਾਤ ਕਰਨਾ ਵੀ ਚਾਹੁੰਦੇ ਹਾਂ, ਲੇਕਿਨ ਉਹ ਬੀਜੇਪੀ ਤੋਂ ਸਵਾਲ ਪੁੱਛਦੇ ਨੇ, ਇਹਨਾਂ ਤੋਂ ਕਿਉਂ ਨਹੀਂ ਸਵਾਲ ਪੁੱਛਦੇ? ਇਹ ਕਿਸ ਕਾਂਗਰਸ ਦਾ ਮੋਹਰਾ ਬਣ ਕੇ ਕੰਮ ਕਰ ਰਹੇ? ਇਹੀ ਸੁਨੀਲ ਜਾਖੜ ਹੈ ਜਿਹੜਾ ਇੱਕ ਦਿਨ ਬੀਜੇਪੀ ਨੂੰ ਗਾਲਾਂ ਕੱਢਦਾ ਸੀ ਕਿ ਜੀ ਤੁਸੀਂ ਸਾਡੀ ਕਿਸਾਨੀ ਬਰਬਾਦ ਕਰ ਰਹੇ ਹੋ, ਅੱਜ ਬੀਜੇਪੀ ਚੰਗੀ ਹੋ ਗਈ। ਇਹੀ ਸੁਨੀਲ ਜਾਖੜ ਹੈ ਜਿਹੜਾ ਕਹਿੰਦਾ ਸੀ ਕਿ ਇਹ ਦਲਿਤ ਲੋਕ ਹੈ, ਇਹ ਪੈਰ ਦੀ ਜੁੱਤੀ ਪਰ ਬਿਠਾਉਣ ਜੋਗੇ ਹੈ, ਇਹਨਾਂ ਨੂੰ ਤੁਸੀਂ ਸਿਰ ਪਰ ਬਿਠਾ ਰਹੇ ਹੋ। ਅੱਜ ਸੁਨੀਲ ਜਾਖੜ ਚੰਗਾ ਹੋ ਗਿਆ? ਸੁਨੀਲ ਜਾਖੜ ਨੂੰ ਬੀਜੇਪੀ ਨੇ ਪੰਜਾਬ ਦਾ ਪ੍ਰਧਾਨ ਬਣਾਇਆ ਕਿਉਂ, ਜਿਹਦੀ ਮਾਨਸਿਕਤਾ ਇੰਨੀ ਮਾੜੀ ਹੈ ਕਿ ਉਹ ਦਲਿਤਾਂ ਨੂੰ ਇਹ ਕ ਦੱਸਦਾ ਕਿ ਜੀ ਇਹਨਾਂ ਨੂੰ ਪੈਰ ਦੀ ਜੁੱਤੀ ਪਰ ਬਿਠਾਉਣਾ ਚਾਹੀਦਾ। ਇਹਦਾ ਮਤਲਬ ਇਹ ਹੈ ਕਿ ਬੀਜੇਪੀ ਵੀ ਦਲਿਤਾਂ ਦੇ ਖਿਲਾਫ ਹੈ, ਇਸ ਕਰਕੇ ਦਲਿਤ ਵਿਰੋਧੀ ਬੰਦੇ ਨੂੰ ਪ੍ਰਧਾਨ ਬਣਾਇਆ। ਇਹਦਾ ਮਤਲਬ ਇਹ ਹੈ ਕਿ ਇੱਕ ਸੁਨੀਲ ਜਾਖੜ ਨੂੰ ਮੂਹਰੇ ਲਾ ਕੇ ਬੀਜੇਪੀ ਕਿਸਾਨਾਂ ਨੂੰ ਠੋਕ ਰਹੀ ਹੈ। ਇਹ ਬਿਲਕੁਲ ਸੁਨੀਲ ਜਾਖੜ ਦਾ ਤੁਸੀਂ ਕਿਆ ਨਾਮ ਲਿਤਾ? ਉਸ ਬੰਦੇ ਨੇ ਪਹਿਲਾਂ ਜਦੋਂ ਕਾਂਗਰਸ ਵਿੱਚ ਸੀ, ਜਦੋਂ ਉਹ ਬੀਜੇਪੀ ਨੂੰ ਗਾਲਾਂ ਕੱਢਦਾ ਸੀ, ਆਹੀ ਗੱਲਾਂ ਜਿਹੜੀਆਂ ਹਮੇਸ਼ਾ ਦੇ ਸਾਰੇ ਪੰਜਾਬ ਦੇ ਲੋਕ ਕਰਦੇ ਉਦੋਂ ਕਰਦਾ ਸੀ। ਅੱਜ ਉਹ ਬੀਜੇਪੀ ਚਲੇ ਗਿਆ ਤਾਂ ਬੀਜੇਪੀ ਦੁੱਧ ਧੋਤੀ ਹੋ ਗਈ। ਲੇਕਿਨ ਉਹ ਕਹਿੰਦੇ ਕਿ ਬੀਜੇਪੀ ਨੇ ਤਾਂ ਕੰਮ ਹੀ ਬਹੁਤ ਕੀਤੇ ਕਿਸਾਨਾਂ ਲਈ, ਉਹ ਯੋਜਨਾਵਾਂ ਗਿਣਾ ਰਹੇ ਹੈ ਕਿ ਆਹ ਸਾਰੀਆਂ ਸਾਰੇ ਕੰਮ ਜਿਹੜੇ ਚਾਹੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਹੋਣ, ਉਹ ਸਾਰਾ ਕੁਛ ਬੀਜੇਪੀ ਦੀ ਸੈਂਟਰ ਸਰਕਾਰ ਨੇ ਕੀਤਾ। ਅੱਜ ਤੁਸੀਂ ਪੰਜਾਬ ਦੇ ਸ਼ੈਲਰਾਂ ਵਿੱਚ ਚਲੇ ਜਾਓ, ਝੋਨੇ ਦੀ ਫਸਲ ਉਸ ਤਰ੍ਹਾਂ ਹੀ ਪਈ ਹੈ ਜੀਰੀ, ਅਤੇ ਸਾਰੇ ਪੰਜਾਬ ਦੇ ਸ਼ੈਲਰ ਬੰਦ ਹੈ। ਉੱਥੇ ਇਹ ਜਿਹੜੀ ਲਿਫਟਿੰਗ ਹੋ ਨਹੀਂ ਰਹੀ ਅਤੇ ਅੱਗੇ ਸਪੇਸ ਨਹੀਂ ਹੈ, ਸਾਰੇ ਸ਼ੈਲਰਾਂ ਨੂੰ ਬੰਦ ਕੀਤਾ ਵਾ ਤਾਂ ਕਿ ਲੋਕ ਤੰਗ ਹੋ ਕੇ ਇੱਥੇ ਝੋਨਾ ਬੀਜਣਾ ਹੀ ਬੰਦ ਕਰ ਦੇਣ। ਫਸਲਾਂ ਨੂੰ ਮਾਰ ਰਹੇ, ਫਸਲਾਂ ਨੂੰ ਨਹੀਂ ਮਾਰ ਰਹੇ, ਕਿਸਾਨਾਂ ਨੂੰ ਮਾਰ ਰਹੇ। ਇਹ ਕਿਸਾਨਾਂ ਦੇ ਨੂੰ ਮਾਰ ਕੇ ਕਿਸਾਨੀ ਨੂੰ ਖਤਮ ਕਰਕੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ। ਲੇਕਿਨ ਪੰਦੇਰ ਹੋਰੀ ਕਹਿ ਰਹੇ, ਕਹਿੰਦੇ ਕਿ ਬੀਜੇਪੀ ਸਾਡਾ ਅੰਦੋਲਨ ਖਤਮ ਕਰਨਾ ਚਾਹੁੰਦੀ ਹੈ, ਪੈਸੇ ਦੀ ਆਫਰ ਦਿੱਤੀ ਜਾ ਰਹੀ ਹੈ ਔਰ ਅਸੀਂ ਅੰਦੋਲਨ ਜਿਹੜਾ ਵਾ ਉਹ ਕਰਦੇ ਰਹਾਂਗੇ, ਅਸੀਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੇ, ਲੇਕਿਨ ਸਾਡੀ ਜਿਹੜੀ MSP ਦੀ ਮੰਗ ਹੈ ਉਹ ਅਸੀਂ ਮਨਵਾ ਕੇ ਹੀ ਅੰਦੋਲਨ ਖਤਮ ਕਰਾਂਗੇ। ਪੰਦੇਰ ਸਾਹਿਬ ਹੋਰੀ ਠੀਕ ਕਹਿ ਰਹੇ ਹੈ, ਜੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਇਹ ਪੈਸੇ ਆਫਰ ਕਰ ਰਹੇ, ਸਾਨੂੰ ਡਰਾ ਰਹੇ, ਸਾਨੂੰ ਧਮਕਾ ਰਹੇ, ਉਹ ਬਿਲਕੁਲ ਠੀਕ ਕਹਿ ਰਹੇ। ਇਹੀ ਬੀਜੇਪੀ ਹੈ ਜਿਹਨੇ ਹਰਿਆਣੇ 'ਚੋਂ ਆ ਕੇ ਸਾਡਾ ਕਿਸਾਨ ਮਾਰਿਆ, ਇਹੀ ਬੀਜੇਪੀ ਹੈ ਜਿਹਨੇ ਸਾਡੇ ਕਿਸਾਨਾਂ ਪਰ ਅੱਥਰੂ ਗਏ ਛੱਡੇ, ਇਹੀ ਬੀਜੇਪੀ ਹੈ ਜਿਹਨੇ MSP ਖਤਮ ਕਰਨ ਦੀ ਸਾਜ਼ਿਸ਼ ਕਰਕੇ ਕਾਨੂੰਨ ਲਿਆਂਦੇ, ਅਤੇ ਉਹ ਕਾਨੂੰਨਾਂ ਤਹਿਤ ਇਹਨਾਂ ਨੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਜਿਹੜਾ ਇੱਥੇ ਦਾ ਮੁੱਖ ਮੰਤਰੀ ਭਗਵੰਤ ਮਾਨ, ਇਹ ਵੀ ਇਹਨਾਂ ਦਾ ਹੱਥ ਟੋਕਾ ਬਣਿਆ ਹੋਇਆ, ਇਹਨੇ ਜਦ ਸਾਡੇ ਕਿਸਾਨ ਹਰਿਆਣੇ 'ਚੋਂ ਆ ਕੇ ਇਹਨਾਂ ਨੇ ਸਾਡੇ ਸ਼ੁਭ ਦੀਪ ਮੁੰਡਾ ਨੌਜਵਾਨ ਕਿਸਾਨ ਮਾਰਿਆ, ਇਹਨਾਂ ਨੇ ਜਦ ਅੱਥਰੂ ਗਏ ਛੱਡੇ, ਸਾਹਮਣੇ ਦਿਖ ਰਿਹਾ ਸੀ ਕੌਣ ਗੋਲੀ ਮਾਰ ਰਿਹਾ, ਅੱਜ ਤੱਕ ਉਹਨਾਂ ਪਰ ਕਾਰਵਾਈ ਨਹੀਂ ਕੀਤੀ। ਇਹ ਮੈਂ ਭਗਵੰਤ ਮਾਨ ਤੇ ਪੁੱਛਣਾ ਚਾਹੁੰਦਾ ਵੀ ਤੇਰਾ ਕਿਆ ਗੱਡਾ ਪਿਆ ਹੈ ਬੀਜੇਪੀ ਦੇ ਨਾਲ? ਉਹ ਕਹਿੰਦੇ FIR ਕੀਤੀ ਹੈ, ਜ਼ੀਰੋ FIR ਫੜ ਲਿਆ ਕਿਸੇ ਨੂੰ, ਕਿਸੇ ਦਾ ਉਹਦੇ ਵਿੱਚ ਨਾਮ ਲਿਆ,
ਕਿੰਨੀ ਦੇਰ ਇਨਕੁਆਇਰੀ ਚੱਲੇਗੀ? ਸਾਹਮਣੇ ਤਾਂ ਬੰਦਾ ਖੜਾ ਗੋਲੀ ਮਾਰ ਰਿਹਾ ਸੀ, ਵੀਡੀਓ ਬਣੀ ਵਿੱਚ, ਫੜ ਲੈਣ ਉਹਨੂੰ। ਜਦੋਂ ਤਾਂ ਬਰਗਾੜੀ ਕਾਂਡ ਹੁੰਦਾ ਤਾਂ ਗੋਲੀ ਚੱਲਦੀ ਹੈ, ਅਤੇ ਭਗਵੰਤ ਮਾਨ ਕਹਿੰਦਾ ਸੀ ਕਿ ਜੀ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਇਹਦਾ ਜ਼ਿੰਮੇਵਾਰ ਹੈ ਕਿ ਬਰਗਾੜੀ ਦੇ ਵਿੱਚ ਸ਼ਾਂਤਮਈ ਬੈਠੇ ਬੰਦਿਆਂ 'ਤੇ ਗੋਲੀ ਚਲਾ ਕੇ ਬੰਦੇ ਮਾਰਤੇ। ਅਤੇ ਫਿਰ ਇੱਥੇ ਵੀ ਤਾਂ ਸ਼ਾਂਤਮਈ ਕਿਸਾਨ ਬੈਠੇ ਸੀ, ਕਿਸਾਨ ਆਪਣਾ ਐਜੀਟੇਸ਼ਨ ਕਰ ਰਹੇ ਸੀ, ਉੱਧਰ 'ਤੇ ਗੋਲੀ ਚੱਲੀ ਹੈ, ਤਾਂ ਕਿਆ ਮੁੱਖ ਮੰਤਰੀ ਜ਼ਿੰਮੇਵਾਰ ਨਹੀਂ ਹੈ? ਤੁਸੀਂ ਇਨਕੁਆਇਰੀ ਦਾ ਜ਼ਿਕਰ ਕੀਤਾ ਹੈ ਕਿ ਇਨਕੁਆਇਰੀ ਇਹ ਵੀ ਹੋਈ ਕਿ ਜਦੋਂ ਤੁਸੀਂ CM ਸੀਗੇ, ਨਰਿੰਦਰ ਮੋਦੀ ਫਿਰੋਜ਼ਪੁਰ ਆਉਂਦੇ ਨੇ ਔਰ ਵਾਪਸ ਚਲੇ ਜਾਂਦੇ ਨੇ, ਕਹਿੰਦੇ ਕਿ ਮੈਂ ਜ਼ਿੰਦਾ ਵਾਪਸ ਜਾ ਰਿਹਾ ਹਾਂ, ਆਪਣੇ CM ਨੂੰ ਕਹਿ ਦਿਓ, ਮਨਪ੍ਰੀਤ ਬਾਦਲ ਨੂੰ ਉਸ ਵੇਲੇ ਕਿਹਾ ਸੀ, ਰਵਨੀਤ ਬਿੱਟੂ ਹੋਰੀ ਕਹਿ ਰਹੇ ਨੇ ਕਿ ਇਹ ਸਾਰੀ ਸ਼ਰਾਰਤ ਜਿਹੜੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਸੀ, ਚੰਨੀ ਹੋਰੀ ਉਸ ਵੇਲੇ ਸ਼ਰਾਰਤ ਨਾ ਕਰਦੇ ਤਾਂ ਅੱਜ ਕਿਸਾਨਾਂ ਨੂੰ ਵੀ ਬਹੁਤ ਕੁਝ ਪ੍ਰਧਾਨ ਮੰਤਰੀ ਨੇ ਐਲਾਨ ਕਰਨਾ ਸੀ, ਪੰਜਾਬ ਲਈ ਵੀ ਬਹੁਤ ਵੱਡੀਆਂ ਸੁਗਾਤਾਂ ਦੇ ਕੇ ਜਾਣੀਆਂ ਸੀ। ਹੁਣ ਨਵੀਂ ਗਵਰਨਮੈਂਟ ਜਦੋਂ ਬਣੇਗੀ ਮੈਂ ਪ੍ਰਧਾਨ ਮੰਤਰੀ ਕੋਲ ਜਾਊਂਗਾ, ਉਹ ਸਾਰੀਆਂ ਗੱਲਾਂ ਜਿਹੜੀਆਂ ਐਲਾਨ ਕਰਨੀਆਂ ਸੀ ਉਹ ਮੈਂ ਪੂਰੀਆਂ ਕਰਵਾਊਂਗਾ। ਮੈਂ ਰਵਨੀਤ ਬਿੱਟੂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਕਿਸਾਨਾਂ ਨੇ ਉੱਥੇ ਧਰਨਾ ਦਿੱਤਾ, ਉਹਦੀ ਇਨਕੁਆਇਰੀ ਸੁਪਰੀਮ ਕੋਰਟ ਨੇ ਕਰ ਲਈ, ਕੁਛ ਨਹੀਂ ਨਿਕਲਿਆ। ਮੈਂ ਕਿਸਾਨਾਂ ਪਰ ਆਪਣੇ ਪਰ ਗੋਲੀ ਨਹੀਂ ਚਲਾਈ, ਮੈਂ ਕਿਸਾਨਾਂ ਪਰ ਡਾਂਗ ਨਹੀਂ ਚਲਾਈ, ਕਿਉਂਕਿ ਉੱਥੇ ਹੋਇਆ ਕੁਛ ਨਹੀਂ ਸੀ। ਇਸ ਗੱਲ ਦਾ ਮੈਨੂੰ ਮਾਣ ਹੈ, ਬਾਅਦ ਦੇ ਵਿੱਚ ਇਹ ਮੈਨੂੰ ਤੰਗ ਕਰਦੇ ਰਹੇ ਕਰ ਲੈਣ, ਲੇਕਿਨ ਮੈਂ ਕਿਸਾਨਾਂ ਕਰਕੇ ਆਪਣੇ ਪਿੰਡ 'ਤੇ ਸਹਿਣ ਨੂੰ ਤਿਆਰ ਹੈ, ਔਰ ਇਹਨਾਂ ਨੇ ਮੈਨੂੰ ਹਰ ਤਰੀਕੇ ਨਾਲ ਹੈਰਾਨ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਮੈਂ ਅੱਜ ਵੀ ਕਹਿ ਰਿਹਾ, ਮੈਂ ਕਿਸਾਨਾਂ 'ਤੇ ਕਦੇ ਉਸ ਦਿਨ ਕਾਰਵਾਈ ਨਹੀਂ ਕੀਤੀ, ਉਸ ਚੀਜ਼ ਦਾ ਮੈਨੂੰ ਮਾਣ ਹੈ, ਕਿਉਂਕਿ ਕਿਸਾਨਾਂ ਦਾ ਉੱਥੇ ਕਸੂਰ ਕੋਈ ਨਹੀਂ ਸੀ। ਧਰਨਾ ਕਰਨਾ ਡੈਮੋਕ੍ਰੇਟਿਕ ਰਾਈਟ ਹੈ, ਉਹਨਾਂ ਨੇ ਸੜਕ 'ਤੇ ਆ ਕੇ ਬੈਠੇ, ਰਾਤ ਨੂੰ 1:30 ਵਜੇ ਮੇਰੀ ਅਪੀਲ 'ਤੇ ਉੱਠਦੇ ਦੇ ਉੱਠ ਖੜ੍ਹੇ, ਇਸ ਤੋਂ ਇਲਾਵਾ ਕੁਛ ਨਹੀਂ ਹੋਇਆ। ਜਿਹੜਾ ਬਿੱਟੂ ਕਹਿ ਰਿਹਾ ਕਿ ਉਸ ਦਿਨ MP ਸਾਹਿਬ ਨੇ ਬਹੁਤ ਕੁਛ ਦੇਣਾ ਸੀ, PM ਸਾਹਿਬ ਨੇ, ਮੋਦੀ ਸਾਹਿਬ ਨੇ, PM ਸਾਹਿਬ ਨੇ, ਫਿਰ ਮੈਨੂੰ ਇੱਕ ਗੱਲ ਦੱਸੋ ਕਿ ਇਸ ਗੱਲ ਨੂੰ 2.5 ਸਾਲ ਹੋ ਗਏ, ਉਸ ਤੋਂ ਬਾਅਦ ਕਿਆ ਪ੍ਰਾਈਮ ਮਿਨਿਸਟਰ ਦੀ ਪੈੱਨ ਦੇ ਵਿੱਚ ਸਿਆਹੀ ਮੁੱਕ ਗਈ? ਫਿਰ ਕਿਆ ਬਿੱਲੀ ਨੇ ਛਿੱਕਤਾ ਕਿ ਉਸ ਤੋਂ ਬਾਅਦ ਦੇਣਾ ਹੀ ਨਹੀਂ ਸੀਗਾ, ਉਸ ਤੋਂ ਬਾਅਦ ਹੀ ਪ੍ਰਾਈਮ ਮਿਨਿਸਟਰ ਇੱਥੇ ਆ ਲਏ? ਜਦ ਬਿੱਟੂ ਆਪਣੇ ਆਪ ਨੂੰ ਵੇਚਿਆ, ਬਿੱਟੂ ਨੇ ਕਾਂਗਰਸ ਛੱਡ ਕੇ BJP 'ਚ ਗਿਆ, ਉਸ ਦਿਨ ਕੋਈ ਸੌਦਾ ਪੰਜਾਬ ਵਾਸਤੇ ਕਰ ਲੈਂਦਾ ਕਿ ਆਪਣੇ ਬਾਰੇ ਟਿਕਟ ਦੇ ਕਹਿੰਦੇ ਕਿ ਮੈਂ ਤਾਂ ਹੁਣ ਜਦੋਂ ਨਵੀਂ ਸਰਕਾਰ ਬਣਦੀ ਹੈ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੋਲ ਜਾਊਂਗਾ, ਪੰਜਾਬ ਲਈ ਬਾਰਡਰ ਵੀ ਖੁਲਵਾਊਂਗਾ, ਕਿਸਾਨਾਂ ਦੇ ਮੰਗਾਂ ਵੀ ਮਨਵਾਊਂਗਾ। ਜਿਸ ਦਿਨ ਉਧਰ ਗਿਆ ਸੀ ਉਸ ਦਿਨ ਤਾਂ ਇਲੈਕਸ਼ਨ ਕੋਡ ਨਹੀਂ ਸੀ ਲੱਗਿਆ, ਉਸ ਦਿਨ ਮਨਾ ਲੈਂਦਾ, ਪਿਛਲੇ 2 ਸਾਲ 'ਚ ਮਨਾ ਲੈਂਦਾ, ਪਿਛਲੇ 2 ਸਾਲ 'ਚ ਦੇ ਦਿੰਦੀ BJP ਨੇ ਜੇ ਕੁਛ ਦੇਣਾ ਸੀ। ਇਹ ਸਾਰੇ ਡਰਾਮੇਬਾਜ਼ੀਆਂ ਪੰਜਾਬ ਨੂੰ ਖਰਾਬ ਕਰਨ ਵਾਸਤੇ ਹੈ। ਬਿੱਟੂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਤੂੰ ਪੰਜਾਬ ਦੇ ਦੁਸ਼ਮਣ ਜਮਾਤ ਦੇ ਨਾਲ ਰਲ ਕੇ ਪੰਜਾਬ ਦੇ ਨਾਲ ਧਰੋਕ ਮਾਰਿਆ। ਪਰ ਤੁਹਾਨੂੰ ਲੱਗਦਾ ਨਹੀਂ ਕਿ ਉਸ ਵੇਲੇ ਗਲਤੀ ਹੋਈ? ਅਗਰ ਪ੍ਰਧਾਨ ਮੰਤਰੀ ਅਨਾਊਂਸ ਕਰ ਦਿੰਦੇ, ਹੋ ਸਕਦਾ ਸੀ ਅਨਾਊਂਸਮੈਂਟ ਸੀਗੀ ਕੁਛ? ਕੋਈ ਅਨਾਊਂਸਮੈਂਟ ਨਹੀਂ ਸੀਗੀ, ਉੱਥੇ ਤਾਂ ਇੱਕ ਨੀਂਹ ਪੱਥਰ ਰੱਖਣ ਆਏ ਸੀ ਅਤੇ ਪਬਲਿਕ ਰੈਲੀ ਸੀ, ਪਬਲਿਕ ਰੈਲੀ 'ਚ ਬੰਦੇ ਨਹੀਂ ਆਏ, ਇਹਨਾਂ ਨੇ ਉਹ ਖਤਮ ਕਰਤੀ ਗੱਲ। ਤੁਸੀਂ ਇੱਕ ਫੌਜ ਨੂੰ ਲੈ ਕੇ ਬਿਆਨ ਦਿੱਤਾ, ਉਹ ਬਿਆਨ ਨੂੰ ਲੈ ਕੇ ਹੁਣ ਇਲੈਕਸ਼ਨ ਕਮਿਸ਼ਨ ਤੁਹਾਡੇ ਉੱਤੇ ਜਾਂਚ ਬਿਠਾ ਦਿੱਤੀ ਹੈ। DC ਜਲੰਧਰ ਨੇ ਰਿਪੋਰਟ ਜਿਹੜੀ ਪੰਜਾਬ CEO ਨੂੰ ਦਿੱਤੀ ਔਰ ਪੰਜਾਬ CEO ਨੇ ਉਹ ਰਿਪੋਰਟ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ। ਤੁਸੀਂ ਫੌਜ ਨੂੰ ਲੈ ਕੇ ਸਟੰਟਬਾਜ਼ੀ ਵਾਲਾ ਬਿਆਨ, ਉਹ ਕੀ ਸੀਗਾ, ਮਤਲਬ ਕੀ ਸੀਗਾ, ਔਰ ਉਸ ਜਾਂਚ ਨੂੰ ਲੈ ਕੇ ਤੁਹਾਡੇ 'ਤੇ ਐਕਸ਼ਨ ਜਾਂ ਤੁਹਾਡੀ ਮੁਸ਼ਕਿਲ ਵੱਧ ਸਕਦੀ ਹੈ? ਮੈਂ ਐਕਸ਼ਨ ਬਾਰੇ ਕੋਈ ਗੱਲ ਨਹੀਂ ਕੀਤੀ, ਮੈਂ ਕਦੇ ਵੀ ਨਹੀਂ ਕਿਹਾ ਕਿ ਐਕਸ਼ਨ ਜਿਹੜਾ ਸਟੰਟ ਹੈ। ਮੈਂ ਬਾਅਦ ਵਿੱਚ ਜਿਹੜੀ ਪੋਲੀਟੀਕਲ ਤੌਰ 'ਤੇ ਉਸ ਚੀਜ਼ ਨੂੰ ਯੂਜ਼ ਕੀਤਾ ਜਾਂਦਾ ਉਹਦੀ ਗੱਲ ਕੀਤੀ ਹੈ। ਮੈਂ ਦੇਸ਼ ਦੇ ਜਿਹੜੇ ਸਾਡੇ ਨੌਜਵਾਨ ਉੱਥੇ ਸ਼ਹੀਦ ਹੁੰਦੇ ਹੈ, ਹਮੇਸ਼ਾ ਨੌਜਵਾਨ ਫੌਜੀਆਂ ਦੇ ਨਾਲ ਖੜ੍ਹਾ ਹੈ, ਜਿਹੜੇ ਸਾਡੀ ਹਮੇਸ਼ਾ ਸੁਰੱਖਿਆ ਕਰਦੇ ਹੈ,
ਸਾਨੂੰ ਉਹਨਾਂ 'ਤੇ ਮਾਣ ਹੈ। ਜਦੋਂ ਪਿਛਲੀ ਵਾਰੀ ਪੁਲਵਾਮਾ ਵਿੱਚ ਵੀ ਕਿਸਾਨ ਦੀ ਮੌਤ ਹੋਈ, ਉਹ ਉੱਥੇ ਸ਼ਹੀਦ ਹੋਇਆ ਕਿਸਾਨ, ਤਾਂ ਮੈਂ ਉਹਨਾਂ ਦੀ ਅਰਥੀ ਨੂੰ ਮੋਢਾ ਮੁੱਖ ਮੰਤਰੀ ਦੇ ਤੌਰ 'ਤੇ ਦਿੱਤਾ। ਤਾਂ ਸਾਡੀਆਂ ਕੁਰਬਾਨੀਆਂ ਨੂੰ ਨਹੀਂ ਭੁਲਾਇਆ ਜਾ ਸਕਦਾ। ਸਾਡੇ ਪੰਜਾਬ ਦੇ ਵਿੱਚ ਨੌਜਵਾਨ ਹੈ ਜਿਹੜੇ ਫੌਜ ਵਿੱਚ ਭਰਤੀ ਹੋ ਕੇ ਮਾਣ ਮਹਿਸੂਸ ਕਰਦੇ ਅਤੇ ਦੇਸ਼ ਵਾਸਤੇ ਕੁਰਬਾਨ ਹੋਣਾ ਮਾਣ ਮਹਿਸੂਸ ਕਰਦੇ। ਲੇਕਿਨ ਜਿਹੜੇ ਹੁਣ ਤੁਹਾਡੇ ਖਿਲਾਫ਼ ਜਾਂਚ ਬੈਠੀ, ਇਲੈਕਸ਼ਨ ਕਮਿਸ਼ਨ ਕੁਛ ਐਕਸ਼ਨ ਜੇ ਲੈਂਦਾ, ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਤੁਸੀਂ ਆਪਣਾ ਸਪਸ਼ਟੀਕਰਨ ਦਿਓ, ਜਾਂਚ ਬੈਠੀ ਹੈ, ਮੈਨੂੰ ਕੋਈ ਨੋਟਿਸ ਆਏਗਾ ਮੈਂ ਉਹਦਾ ਜਵਾਬ ਦੇ ਦਾਂਗਾ। ਜਲੰਧਰ ਡੀ ਸੀ ਨਾਲ ਤੁਹਾਡੀ ਗੱਲਬਾਤ ਹੋਈ? ਮੈਨੂੰ ਕਰਨ ਦੀ ਲੋੜ ਹੀ ਨਹੀਂ, ਜਦੋਂ ਮੈਨੂੰ ਕੋਈ ਨੋਟਿਸ ਆਏਗਾ ਮੈਂ ਜਵਾਬ ਦਊਂਗਾ। ਤੁਹਾਡੇ ਬਿਆਨ ਦੇ ਤੁਸੀਂ ਕਹਿ ਰਹੇ ਹੋ ਮਾਇਨੇ ਕੁਛ ਹੋਰ ਸੀ, ਕੱਢੇ ਕੁਛ ਹੋਰ ਜਾ ਰਹੇ ਜਾਂ ਸਟੰਟਬਾਜ਼ੀ ਕੀ ਕਿਹਾ ਸੀ, ਮਤਲਬ ਉਹ ਥੋੜਾ ਕਲੀਅਰ ਕਰ ਦਿਓ। ਮੈਂ ਬਿਲਕੁਲ ਬਿਲਕੁਲ ਕੋਈ ਐਸੀ ਗੱਲ ਨਹੀਂ ਕਹੀ ਜਿਹੜੀ ਫੌਜ ਦੇ ਖਿਲਾਫ਼ ਜਾਂਦੀ ਹੋਵੇ। ਮੈਂ ਕਰ ਹੀ ਨਹੀਂ ਸਕਦਾ ਐਸੀ ਗੱਲ, ਮੈਂ ਕਦੇ ਵੀ ਇਹ ਸੋਚ ਵੀ ਨਹੀਂ ਸਕਦਾ ਕਿ ਮੈਂ ਫੌਜ ਦੇ ਫੌਜੀਆਂ ਦੇ ਖਿਲਾਫ਼ ਬੋਲਣਾ। ਇਸ ਕਰਕੇ ਇਹ ਸਾਰੀ ਪੋਲੀਟੀਕਲ ਜਿਹੜੀ ਹੈ ਉਹ ਇਹਨੂੰ ਖਰਾਬ ਕਰਕੇ ਕੋਸ਼ਿਸ਼ ਕਰ ਰਹੇ। ਇਹ ਤਾਂ ਮੇਰਾ ਮਤਲਬ ਇਹ ਹੈ ਕਿ ਇਹਨਾਂ ਨੇ ਮੈਨੂੰ ਆਹ 20 ਦਿਨ ਹੈ ਜਿਹੜੇ ਬਿਨਾਂ ਮਤਲਬ ਦੇ ਭੰਬਲ ਭੂਸੇ 'ਚ ਪਾਉਣਾ, ਹੋਰ ਕੁਛ ਵੀ ਨਹੀਂ ਹੈ। ਡੇਰਾ ਫੈਕਟਰ ਦੁਆਬੇ ਦੇ ਵਿੱਚ ਬਹੁਤ ਵੱਡਾ ਫੈਕਟਰ ਹੈ, ਚਾਹੇ ਡੇਰਾ ਬਿਆਸ ਦੀ ਗੱਲ ਕਰੀਏ, ਡੇਰਾ ਬੱਲਾਂ ਦੀ ਗੱਲ ਕਰੀਏ, ਡੇਰਾ ਨੂਰਮਹਿਲ ਦੀ ਗੱਲ ਕਰੀਏ, ਬਹੁਤ ਸਾਰੇ ਹੋਰ ਡੇਰੇ ਵੀ ਨੇ। ਲਗਾਤਾਰ ਸਿਆਸੀ ਲੀਡਰ ਉੱਥੇ ਨਤਮਸਤਕ ਹੋ ਰਹੇ ਨੇ, ਮੱਥਾ ਟੇਕ ਰਹੇ ਨੇ। ਇਹ ਇੱਕ ਵੋਟ ਬੈਂਕ ਦੇ ਤੌਰ 'ਤੇ ਇਸ ਨੂੰ ਦੇਖਿਆ ਜਾਂਦਾ ਜਾਂ ਲੱਗਦਾ ਹੈ ਕਿ ਡੇਰੇ ਮਗਰ ਲੋਕ ਬਹੁਤ ਸਾਰੇ ਨੇ, ਜਾਂ ਇਹ ਕਿਸ ਤਰੀਕੇ ਨਾਲ ਡੇਰੇ ਦੀ ਰਾਜਨੀਤੀ ਨੂੰ ਦੇਖਦੇ ਹੋ ਤੁਸੀਂ? ਦੇਖੋ, ਮੈਂ ਡੇਰੇ ਦੀ ਰਾਜਨੀਤੀ ਸ਼ਬਦ ਨਹੀਂ ਕਦੇ ਵਰਤ ਸਕਦਾ, ਨਾ ਹੈ ਰਾਜਨੀਤੀ। ਮੈਂ ਮੇਰਾ ਪਿਆਰ ਸੱਚਖੰਡ ਡੇਰਾ ਬੱਲਾਂ ਦੇ ਨਾਲ ਮੇਰੀ ਸ਼ਰਧਾ ਹੈ, ਅਤੇ ਮੈਂ ਬਾਬਾ ਜੀ ਨੂੰ ਮਿਲਦਾ ਉੱਥੇ ਜਾ ਕੇ। ਜਿਹੜੇ ਡੇਰਾ ਬਿਆਸ ਹੈ, ਬਾਬਾ ਜੀ ਦੇ ਪ੍ਰਤੀ ਮੇਰੀ ਸ਼ਰਧਾ ਹੈ, ਅਤੇ ਹੋਰ ਵੀ ਜਿਹੜੇ ਡੇਰੇ ਆ ਉੱਥੇ ਮੈਂ ਸ਼ਰਧਾ ਪੂਰਵਕ ਜਾਂਦਾ। ਅਤੇ ਮੈਂ ਕਦੇ ਵੀ, ਸਾਡੀ ਪਾਰਟੀ ਵੀ ਸੈਕੂਲਰ ਹੈ, ਅਸੀਂ ਕਦੇ ਵੀ ਧਾਰਮਿਕ ਤੌਰ 'ਤੇ ਐਕਸਪਲਾਈਟ ਕਰਕੇ ਕਿਸੇ ਚੀਜ਼ ਨੂੰ ਵੋਟਾਂ ਨਹੀਂ ਲੈਂਦੇ, ਨਾ ਅਸੀਂ ਕਿਸੇ ਤਰ੍ਹਾਂ ਦੀ ਵੀ ਧਾਰਮਿਕ ਤੌਰ 'ਤੇ ਆਪਣੇ ਆਪ ਨੂੰ ਅੱਗੇ ਲਿਆ ਕੇ ਵੋਟਾਂ ਮੰਗਦੇ ਹਾਂ। ਮੈਂ ਡੇਰਾ ਬੱਲਾ ਦੇ ਵਿੱਚ ਗੁਰੂ ਰਵਿਦਾਸ ਬਾਣੀ ਦਾ ਅਧਿਐਨ ਸੈਂਟਰ ਬਣਾਉਣ ਵਾਸਤੇ 100 ਕਰੋੜ ਰੁਪਇਆ ਮਨਜ਼ੂਰ ਕਰਕੇ ਉੱਥੇ 25 ਕਰੋੜ ਦਾ ਚੈੱਕ ਦੇ ਕੇ ਆਇਆ। ਇਹ ਸਰਕਾਰ ਨੇ ਨਹੀਂ ਲਾਇਆ, ਇਹ ਇਹਨਾਂ ਦੀ ਮਰਜ਼ੀ, ਲੇਕਿਨ ਮੈਂ ਆਪਣੀ ਸ਼ਰਧਾ ਵਾਸਤੇ ਗੁਰੂ ਰਵਿਦਾਸ ਦੀ ਬਾਣੀ ਦਾ ਅਧਿਐਨ ਸੈਂਟਰ ਖੋਲ੍ਹਣ ਵਾਸਤੇ ਦਿੱਤੇ। ਭਗਵਾਨ ਵਾਲਮੀਕ ਜੀ ਦਾ ਰਾਮ ਤੀਰਥ ਹੈ, ਉੱਥੇ ਮੈਂ 28 ਕਰੋੜ ਰੁਪਇਆ ਦਿੱਤਾ ਗੁਰੂ ਸਾਹਿਬ ਭਗਵਾਨ ਵਾਲਮੀਕ ਜੀ ਦਾ, ਜਿਹੜੀ ਸਿੱਖਿਆ ਮੈਂ ਰਮਾਇਣ ਦੇ ਵਿੱਚ ਦਿਖਾਈਆਂ ਗਈਆਂ ਉਹਨਾਂ ਨੂੰ ਫਿਲਮਾਉਣ ਵਾਸਤੇ। ਡੇਰਾ ਬਿਆਸ ਦੇ ਵਿੱਚ ਮੈਂ ITI ਕਾਲਜ ਖੋਲ੍ਹ ਕੇ ਦਿੱਤਾ, ਉੱਥੇ ਉਦਘਾਟਨ ਕਰਕੇ ਉਹਨੂੰ ਤਿਆਰ ਕੇ ਚੱਲਦਾ ਕੀਤਾ, ਅਤੇ ਜੋ ਵੀ ਮੈਨੂੰ ਬਾਬਾ ਜੀ ਨੇ ਕਦੇ ਕੋਈ ਕੰਮ ਕਹੇ ਮੈਂ ਉਹ ਕਰਦਾ। ਲੇਕਿਨ ਮੈਂ ਇਸ ਚੀਜ਼ ਦਾ ਕੋਈ ਵੀ ਪੋਲੀਟੀਕਲ ਮਾਈਲੇਜ ਨਹੀਂ ਲੈਣਾ ਚਾਹੁੰਦਾ, ਨਾ ਮੈਂ ਲੈਂਦਾ। ਮੇਰੀ ਬਾਬਾ ਜੀ ਫੋਟੋ ਤਰ੍ਹਾਂ ਦੇ ਨਾ, ਹੁਣ ਸਭ ਤੋਂ ਪਹਿਲੀ ਫੋਟੋ ਬਾਬਾ ਜੀ ਨੇ ਮੇਰੇ ਡੇਰਾ ਬਿਆਸ ਵਾਲੇ ਬਾਬਾ ਜੀ ਨੇ ਸਭ ਤੋਂ ਪਹਿਲਾਂ ਜਿਹੜੀ ਫੋਟੋ ਰਿਲੀਜ਼ ਕੀਤੀ ਉਹ ਮੇਰੀ ਕੀਤੀ, ਆਪਣੇ ਪਰਿਵਾਰ ਮੇਰੇ ਪਰਿਵਾਰ ਦੇ ਨਾਲ। ਸੋ ਇੰਨਾ ਮੈਨੂੰ ਉਹ ਪਿਆਰ ਕਰਦੇ ਅਤੇ ਇੰਨੀ ਮੇਰੀ ਉਹਨਾਂ ਪ੍ਰਤੀ ਸ਼ਰਧਾ, ਲੇਕਿਨ ਮੈਂ ਉਸ ਨੂੰ ਵੋਟਾਂ ਵਿੱਚ ਕਨਵਰਟ ਕਰਨ ਵਾਸਤੇ ਕਦੇ ਸੋਚਦਾ ਨਹੀਂ। ਕਿਉਂਕਿ ਬੀਜੇਪੀ ਦੇ ਵੱਲੋਂ ਰਾਮ ਮੰਦਰ ਇੱਕ ਵੱਡਾ ਮੁੱਦਾ ਜਿਹੜਾ ਚੁੱਕਿਆ ਜਾ ਰਿਹਾ, ਰਾਮ ਮੰਦਰ ਦਾ ਜ਼ਿਕਰ ਕੀਤਾ ਜਾ ਰਿਹਾ ਪੂਰੇ ਇਲੈਕਸ਼ਨ ਦੇ ਵਿੱਚ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਟਨਾ ਸਾਹਿਬ ਗੁਰੂ ਘਰ ਜਾਂਦੇ ਨੇ, ਉੱਥੇ ਲੰਗਰ ਦੀ ਸੇਵਾ ਕਰਦੇ ਨੇ, ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ? ਦੇਖੋ, ਸਾਡੀ ਪਾਰਟੀ ਸੈਕੂਲਰ ਹੈ, ਅਸੀਂ ਵੋਟਾਂ ਵਾਸਤੇ ਨਹੀਂ ਰਾਮ ਨੂੰ ਯੂਜ਼ ਕਰਦੇ। ਭਗਵਾਨ ਰਾਮ ਸਭ ਦੇ ਸਾਂਝੇ ਹੈ,
ਮੈਂ ਆਪਣੇ ਰਾਮਲੀਲਾ ਜਿਹੜੀ ਖਰੜ ਹੁੰਦੀ ਆ ਉਹਦਾ 30 ਸਾਲ ਤੋਂ ਪੈਟਰਨ ਹੈ, ਮੈਂ ਕਰਾਉਂਦਾ ਖਰੜ ਦੇ ਵਿੱਚ ਆਪਣੇ ਟੀਮ ਦੇ ਨਾਲ। ਰਾਮਲੀਲਾ ਡਰਾਮਾਟਿਕ ਕਲੱਬ ਹੈ ਸਾਡੇ ਬਣਿਆ ਹੋਇਆ, ਅਤੇ ਹਰ ਸਾਲ ਦੁਸਹਿਰੇ ਤੋਂ ਅਗਲੇ ਦਿਨ ਰਾਮ ਭਗਵਾਨ ਰਾਮ ਚੰਦਰ ਜੀ ਦਾ ਰਾਜ ਤਿਲਕ ਹੁੰਦਾ, ਉਹ ਮੈਂ 30 ਸਾਲ ਤੋਂ ਕਰ ਰਿਹਾ, ਅੱਜ ਤੱਕ ਸਿਰਫ ਇੱਕ ਨਾਗਾ ਪਿਆ, ਨਹੀਂ ਤਾਂ ਮੈਂ ਹਰ ਸਾਲ ਜਾਂਦਾ। ਮੈਂ ਮੁੱਖ ਮੰਤਰੀ ਦੇ ਤੌਰ 'ਤੇ ਰਾਮਲੀਲਾ ਦੇ ਵਿੱਚ ਰਾਜ ਤਿਲਕ ਕੀਤਾ ਰਾਮ ਭਗਵਾਨ ਰਾਮ ਚੰਦਰ ਜੀ ਦਾ। ਮੇਰਾ ਆਪਣਾ ਜਨਮ ਹੈ ਜਿਹੜਾ ਉਹ ਰਾਮਨੌਮੀ ਦੇ ਦਿਨ ਹੋਇਆ, ਮੇਰਾ ਪੂਰਨ ਵਸੂ ਨਕਸ਼ਤਰ ਹੈ ਜਿਹੜਾ ਕਿ ਭਗਵਾਨ ਰਾਮ ਦਾ, ਮੈਂ ਤਾਂ ਉਹਨਾਂ ਦਾ ਆਪ ਭਗਤ ਹੈਗਾ। ਹਨੂੰਮਾਨ ਚਾਲੀਸਾ ਤਾਂ ਮੈਂ ਦੇਖੋ, ਹੁਣ ਤੁਸੀਂ ਪੜ੍ਹ ਕੇ ਕਹੋਗੇ, ਮੈਂ ਹਮੇਸ਼ਾ ਖਰੜ ਦੇ ਵਿੱਚ ਇੱਕ ਸਾਡੇ ਮੰਦਰ ਹੈਗਾ ਲਾਂਡਰਾ ਰੋਡ 'ਤੇ, ਉੱਥੇ ਹਨੂੰਮਾਨ ਜੀ ਦੀ ਅਤੇ ਭੈਰੋਂ ਜੀ ਦੀ ਮੂਰਤੀ ਸਥਾਪਨਾ ਅੱਜ ਤੋਂ 22 ਸਾਲ ਪਹਿਲਾਂ ਕਰਾਈ ਸੀ। ਜਦ ਤਾਂ ਮੈਨੂੰ ਇਹ ਨਹੀਂ ਸੀ ਕਿ ਮੈਂ ਇਲੈਕਸ਼ਨ ਲੜਨਾ ਜਾਂ ਭਗਵਾਨ ਰਾਮ ਦਾ ਮੁੱਦਾ ਵੀ ਆਏਗਾ, ਤਾਂ ਮੈਂ ਜਦ ਵੀ ਸ਼ਿਮਲੇ ਜਾਂਦਾ ਤਾਂ ਜਾਖੂ ਮੰਦਰ ਜਾ ਕੇ ਉਹਨਾਂ, ਹੁਣ ਮੈਂ ਪਿੱਛੇ ਬਾਲਾਸਰ ਜਾ ਕੇ ਆਇਆ, ਤਾਂ ਹਨੂੰਮਾਨ ਜੀ ਦੀ ਔਰ ਰਾਮਚੰਦਰ ਜੀ ਦੀ ਸ਼ਰਧਾ ਮੈਨੂੰ ਵੀ ਹੈ, ਲੇਕਿਨ ਮੈਂ ਉਹਨਾਂ ਨੂੰ ਕਦੇ ਵੀ ਇਹ ਨਹੀਂ ਕਰਦਾ ਕਿ ਜੀ ਉਸਨੂੰ ਵੋਟਾਂ ਵਾਸਤੇ ਵਰਤਿਆ ਜਾਵੇ। ਬੇੜਾ ਪਾਰ ਲਗਾਉਣਗੇ ਭਗਵਾਨ ਰਾਮ? ਦੇਖੋ ਜੀ, ਉਹ ਜਿਹੜਾ ਸੱਚੇ ਮਨ 'ਤੇ ਉਹਨਾਂ ਨੂੰ ਅਰਦਾਸ ਕਰਦਾ ਉਹਦਾ ਸਭ ਦਾ ਬੇੜਾ ਪਾਰ ਲਾਉਂਦੇ। ਜਿਹੜਾ ਮੈਂ ਸ਼ੁਰੂਆਤ 'ਚ ਸਵਾਲ ਕੀਤਾ ਸੀ ਕਿ ਸਿਆਸੀ ਬਦਲਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਲੈ ਕੇ ਲੋਕ ਕਨਫਿਊਜ਼ ਨੇ, ਇੱਕ ਤੁਹਾਨੂੰ ਲੈ ਕੇ ਵੀ ਚਰਚਾ ਚੱਲਦੀ ਹੈ ਕਿ 27 ਦੇ ਵਿੱਚ ਤੁਸੀਂ ਫਿਰ CM ਦੇ ਤੌਰ 'ਤੇ ਕਾਂਗਰਸ ਸਾਨੂੰ ਲੈ ਸਕਦੀ ਹੈ, ਫਿਰ ਤੁਸੀਂ ਵਾਪਸ ਚਮਕੌਰ ਸਾਹਿਬ ਜਾ ਸਕਦੇ ਹੋ, ਜਲੰਧਰ ਫਿਰ ਬਾਈ ਇਲੈਕਸ਼ਨ ਹੋ ਜਾਏਗਾ ਜੇਕਰ ਫਿਲਹਾਲ ਇਸ ਤਰੀਕੇ ਦਾ। ਫਿਲਹਾਲ ਇੱਦਾਂ ਦੀ ਕੋਈ ਸੋਚ ਹੈ ਨਹੀਂ, ਪਾਰਟੀ ਨੇ ਮੈਨੂੰ MP ਲੜਨ ਵਾਸਤੇ ਭੇਜਿਆ ਤਾਂ ਮੈਂ MP ਲੜ ਰਿਹਾ। ਫਿਊਚਰ ਦੇ ਵਿੱਚ ਕਿਆ ਹੋਏਗਾ, ਪਰਮਾਤਮਾ ਨੇ ਕਿਸੇ ਵਾਸਤੇ ਕਿਆ ਸਟੋਰ ਵਿੱਚ ਰੱਖਿਆ ਵਾ, ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਲੇਕਿਨ ਮੈਂ ਜਦੋਂ ਮੈਂ MC ਸੀਗਾ ਤਾਂ ਮੈਂ MC ਦੇ ਤੌਰ 'ਤੇ ਪੂਰੀਆਂ ਸੇਵਾਵਾਂ ਨਿਭਾਈਆਂ। ਜਦ ਮੈਂ ਪ੍ਰਧਾਨ ਬਣਿਆ ਮਿਊਂਸਪਲ ਕਮੇਟੀ ਦਾ ਤਾਂ ਪ੍ਰਧਾਨ ਸੱਚੇ ਮਨੋਂ ਕੀਤਾ। ਮੈਂ MLA ਬਣ ਕੇ ਚਮਕੌਰ ਸਾਹਿਬ ਹਲਕੇ ਨੂੰ ਸਮਝ ਲਓ ਸ਼ੀਸ਼ੇ ਵਾਂਗੂ ਚਮਕਾਤਾ। ਉੱਥੇ 2 ਕਾਲਜ ਬਣ ਰਹੇ, 1 ਯੂਨੀਵਰਸਿਟੀ ਬਣ ਰਹੀ ਹੈ, ਉੱਥੇ ਦੇ ਹਸਪਤਾਲ ਦੀ ਬਿਲਡਿੰਗ 12 ਕਰੋੜ ਰੁਪਈਆ ਲੱਗ ਕੇ ਨਵੀਂ ਬਣਾਈ ਹੈ, ਉੱਥੇ ਇੱਕ ਸਕੂਲ ਦੀ ਬਿਲਡਿੰਗ 12 ਕਰੋੜ ਰੁਪਈਆ ਲੱਗ ਕੇ ਨਵੀਂ ਬਣਾਈ ਹੈ, ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ। ਉੱਥੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਦੇ ਨਾਮ 'ਤੇ 2 ਬੜੇ ਗੇਟ ਬਣ ਰਹੇ ਹੈ। ਉੱਥੇ ਮੈਂ ਇੱਕ ਅਜੂਬਾ ਬਣਾਇਆ, ਦਾਸਤਾਨੇ ਸ਼ਹਾਦਤ, ਜਿਹਦੇ ਵਿੱਚ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਂਦਾ ਹੈ। ਅੱਜ ਵਰਲਡ 'ਚੋਂ ਸਾਰੇ 'ਚੋਂ ਉਹਨੂੰ ਦੇਖਣ ਆਉਂਦੇ ਲੋਕ, ਪਿਛਲੇ 2.25 ਸਾਲ ਤੋਂ ਉਹਦੀ ਲਾਈਨ ਨਹੀਂ ਟੁੱਟੀ, ਲਗਾਤਾਰ ਉਹਨੂੰ ਦੇਖਣ ਆ ਰਹੇ ਲੋਕ। ਮੈਂ ਇਸ ਤਰੀਕੇ ਦੀ ਡਿਵੈਲਪਮੈਂਟ ਕਰਾਉਂਦਾ ਅਤੇ ਮੈਂ ਸ਼ਰਧਾ ਪੂਰਵਕ ਇਹ ਕੰਮਾਂ ਨੂੰ ਕਰਦਾ, ਅਤੇ ਤੁਸੀਂ ਇਹ ਦੇਖਿਓ ਕਿ ਮੈਂ ਉਹੀ ਏਜੰਡਾ ਜਲੰਧਰ ਵਿੱਚ ਲੈ ਕੇ ਆਇਆ। ਇੱਥੇ ਵੀ ਮੈਂ ਯੂਨੀਵਰਸਿਟੀਆਂ ਖਿਲਾਣੀਆਂ, ਇੱਥੇ ਵੀ ਮੈਂ ਕਾਲਜ ਖਿਲਾਣੇ ਹੈ, ਇੱਥੇ ਵੀ ਮੈਂ ਹੋਸਪਿਟਲਾਂ ਦੀਆਂ ਬਿਲਡਿੰਗਾਂ ਨਵੀਆਂ ਬਣਾ ਕੇ ਹੋਸਪਿਟਲ ਤਿਆਰ ਕਰਨੇ ਹੈ। ਮੇਰਾ ਕੰਮ ਹੀ ਇਹੀ ਹੈ, ਮੈਂ ਡਿਵੈਲਪਮੈਂਟ ਵਾਸਤੇ ਹੈ ਲੋਕਾਂ ਦੀ ਵਾਸਤੇ, ਮੈਂ ਗਰੀਬਾਂ ਨੂੰ ਮਿਡਲ ਕਲਾਸ ਲੋਕਾਂ ਨੂੰ ਉੱਪਰ ਚੱਕਣ ਵਾਸਤੇ ਹੈ, ਅਤੇ ਉਹੀ ਮੈਂ ਕੰਮ ਕਰਨਾ। ਤੁਸੀਂ ਇੱਕ ਨਾਰਾ ਦਿੱਤਾ, ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਚੰਨੀ ਸਾਹਿਬ ਜਦੋਂ ਜਲੰਧਰ ਪਹੁੰਚੇ ਤਾਂ ਚੰਨੀ ਸਾਹਿਬ ਆਪ ਕਈ ਮਸਲਿਆਂ 'ਚ ਉਲਝੇ ਨਜ਼ਰ ਆ ਰਹੇ ਨੇ, ਇੱਕ ਵੋਟਾਂ ਨੂੰ ਲੈ ਕੇ ਪੂਰੇ ਜਲੰਧਰ 'ਚ, ਤੁਸੀਂ ਸ਼ਾਹਕੋਟ ਤੋਂ ਲੈ ਕੇ ਨਕੋਦਰ, ਅਸੀਂ ਹਰ ਥਾਂ 'ਚ ਤੁਹਾਡੇ ਨਾਲ ਹਾਂ, ਇਹ ਮਸਲਾ ਤੁਹਾਡੇ ਸਾਹਮਣੇ ਹੈ, ਮਸਲਾ ਕਈ ਸਾਰੇ ਬਿਆਨਾਂ ਨੂੰ ਲੈ ਕੇ ਤੁਹਾਡੇ ਹੈ, ਇਹ ਮਸਲਿਆਂ ਤੋਂ ਚੰਨੀ ਸਾਹਿਬ ਕਿਵੇਂ ਉਲਝਣਗੇ? ਦੇਖੋ, ਗੱਲ ਇਹ ਹੈ ਕਿ ਮੈਂ ਕੋਈ ਪਹਿਲੀ ਵਾਰ ਤਾਂ ਇਲੈਕਸ਼ਨ ਲੜ ਨਹੀਂ ਰਿਹਾ। ਪਹਿਲਾ ਇਲੈਕਸ਼ਨ ਮੈਂ ਲੜਿਆ ਸੀ ਜਦ ਮੈਂ ਸਕੂਲ ਵਿੱਚ ਸੀਗਾ, 10ਵੀਂ 'ਚ ਪੜ੍ਹਦਾ ਸੀ, ਤਾਂ ਬੱਚਿਆਂ ਦਾ 1100 ਬੱਚੇ ਸੀਗੇ,
ਤਾਂ ਮੈਨੂੰ 475 ਵੋਟਾਂ, ਦੂਸਰਾ ਜਿਹੜਾ ਆਇਆ ਸੀ ਉਹਨੂੰ 218, ਜਿਹੜਾ ਤੀਸਰਾ ਆਇਆ ਸੀ ਉਹਨੂੰ 130। ਸੋ ਮੈਂ ਤਾਂ ਪਹਿਲੇ ਦਿਨ ਤੋਂ, ਫਿਰ ਉਸ ਤੋਂ ਬਾਅਦ ਮੈਂ ਕਾਲਜ ਵਿੱਚ ਇਲੈਕਸ਼ਨ ਲੜਿਆ। ਉਹ ਯਾਰ ਸਰ ਦੱਸ ਪਲਾ ਦਿਓ ਵੀਰੇ, ਮੋੜ ਲਓ। ਅਤੇ ਉਸ ਤੋਂ ਬਾਅਦ ਮੈਂ ਕਾਲਜ ਵਿੱਚ ਹਾਂ ਮੋੜ ਲਓ ਮੋੜ ਲਓ ਕਾਲਜ ਵਿੱਚ ਇਲੈਕਸ਼ਨ ਲੜਿਆ। ਫਿਰ ਮੈਂ 3 ਵਾਰ MC ਬਣਿਆ, 2 ਵਾਰ ਮਿਊਂਸੀਪਲ ਕਮੇਟੀ ਦਾ ਪ੍ਰਧਾਨ ਬਣਿਆ, 1 ਵਾਰ ਆਜ਼ਾਦ ਲੋਕਾਂ ਨੇ ਮੈਨੂੰ MLA ਜਿਤਾ ਤਾ, ਅਤੇ 3 ਵਾਰ MLA ਬਣਿਆ, ਓਪੋਜੀਸ਼ਨ ਲੀਡਰ ਬਣਿਆ, ਮੰਤਰੀ ਬਣਿਆ, ਮੁੱਖ ਮੰਤਰੀ ਬਣਿਆ। ਮੇਰਾ ਕੋਈ ਪਹਿਲਾ ਇਲੈਕਸ਼ਨ ਨਹੀਂ ਹੈ, ਅਤੇ ਲੋਕ ਮੈਨੂੰ ਪਿਆਰ ਕਰਦੇ ਆ ਅਤੇ ਲੋਕਾਂ ਨੇ ਜਿਤਾਉਣਾ। ਬਾਕੀ ਇਹ ਜਿਹੜੇ ਬਿਨਾਂ ਮਤਲਬ ਦੇ ਕੰਟਰੋਵਰਸੀਆਂ ਕ੍ਰੀਏਟ ਕਰਦੇ, ਜਿਹੜੀ 'ਚ ਅਸਲੀਅਤ ਕੋਈ ਨਹੀਂ ਹੁੰਦੀ, ਸਿਰਫ ਲੋਕਾਂ ਦਾ ਧਿਆਨ ਡਾਈਵਰਟ ਕਰਨ ਵਾਸਤੇ, ਇਹਨਾਂ ਦੀ ਆਪਾਂ ਪਰਵਾਹ ਕੋਈ ਨਹੀਂ ਕਰਦੇ। ਲਾਸਟ ਇੰਟਰਵਿਊ ਆਪਾਂ ਤੁਹਾਡੇ ਘਰੇ ਕੀਤਾ ਸੀ, ਉਦੋਂ ਕਹਿੰਦੇ ਕਿ ਤੁਹਾਡੇ ਪਤਨੀ ਬਾਹਰ ਤਾਂ ਸਾਰੇ ਮਸਲੇ ਹੱਲ ਕਰਦੇ ਆ, ਲੇਕਿਨ ਚੰਨੀ ਸਾਹਿਬ ਘਰੇ ਚਾਹ ਨਹੀਂ ਬਣਾ ਕੇ ਪਿਲਾਉਂਦੇ। ਹੁਣ ਉਹਨਾਂ ਨੂੰ ਪਿਲਾਈਏ ਚਾਹ, ਹੁਣ ਥੋੜ੍ਹਾ ਰਿਲੈਕਸ ਵੀ ਤੁਸੀਂ ਹੋਏ ਸੀ ਘਰੇ, ਕਿੱਥੇ ਮਸਲੇ? ਮੈਂ ਸਵੇਰੇ ਉੱਠ ਕੇ ਆਪ ਚਾਹ ਬਣਾ ਕੇ ਪੀਂਦੇ, ਮੈਨੂੰ ਦੁੱਧ 'ਚ ਪੱਤੀ ਪਾ ਕੇ ਪੀਣ ਦੀ ਆਦਤ ਹੈ, ਮਿੱਠਾ ਮੈਂ ਪਾਉਂਦਾ ਨਹੀਂ ਹੈ, ਇਕੱਲੀ ਪੱਤੀ ਪਾ ਕੇ ਦੁੱਧ ਹੀ ਮੈਂ ਸਵੇਰੇ ਆਪ ਬਣਾ ਕੇ ਪੀਂਦਾ। ਲੇਕਿਨ ਆਪਣੀ ਪਤਨੀ ਲਈ ਬਣਾਈ, ਧਰਮ ਪਤਨੀ ਜਿਹੜਾ ਤੁਹਾਡੇ ਲਈ ਪ੍ਰਚਾਰ ਵੀ ਕਰਦੇ, ਉਹ ਕਹਿੰਦੇ ਕਿ ਬਾਹਰ ਤਾਂ ਸਾਰੇ ਮਸਲੇ ਹੱਲ ਕਰੀ ਜਾਂਦੇ, ਘਰ ਦਾ ਮਸਲਾ ਮੈਨੂੰ ਚਾਹ ਤੱਕ ਨਹੀਂ ਪਿਲਾਉਂਦੇ। ਨਹੀਂ ਇੱਦਾਂ ਨਹੀਂ ਹੈ, ਘਰ ਦੇ ਵਿੱਚ ਸਾਡੇ ਬੜਾ ਪਿਆਰ ਹੈ। ਪਿਲਾਈ ਤੁਸੀਂ ਉਹਨਾਂ ਨੂੰ? ਮੈਂ ਪੁੱਛਣਾ ਉਹਨਾਂ ਨੂੰ ਸ਼ਾਮ ਅਕਸਰ ਮੈਂ ਬਣਾਉਂਦਾ ਰਹਿੰਦਾ। ਹਾਂ, ਕੋਈ ਐਸੀ ਗੱਲ ਨਹੀਂ, ਤੁਹਾਡੀ ਚਾਹ ਪਸੰਦ ਆ ਉਹਨਾਂ ਨੂੰ, ਕਿਉਂਕਿ ਰਾਜਾ ਵੜਿੰਗ ਹੋਰੀ ਦੀ ਧਰਮ ਪਤਨੀ ਕਹਿ ਰਹੇ ਸੀ, ਅੰਮ੍ਰਿਤਾ ਵੜਿੰਗ, ਕਹਿੰਦੇ ਕਿ ਰਾਜਾ ਸਾਹਿਬ ਚਾਹ ਬਹੁਤ ਸਵਾਦ ਬਣਾਉਂਦੇ, ਕਹਿੰਦੇ 15-20 ਮਿੰਟ ਲਾ ਕੇ ਨਾ ਪੂਰੀ ਕਾਢ ਕੇ, ਉਹਨਾਂ ਦੇ ਹੱਥਾਂ ਦੀ ਚਾਹ ਪੀਣ ਦਾ ਮਜ਼ਾ ਹੀ ਕੁਛ ਹੋਰ ਹੈ। ਰਾਣਾ ਸੋਢੀ ਹੋਰਾਂ ਦੀ ਘਰਵਾਲੀ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ, ਕਹਿੰਦੇ ਕਿ ਰਾਣਾ ਸੋਢੀ ਹੋਰੀ ਕੁਕਿੰਗ ਬਹੁਤ ਅੱਛੀ ਬਣਾ ਕਰਦੇ ਨੇ, ਬਹੁਤ ਸ਼ਾਨਦਾਰ ਖਾਣਾ ਬਣਾਉਂਦੇ ਨੇ। ਕਈ ਸਾਰੇ ਲੀਡਰ ਜਿਹੜੇ ਨੇ ਉਹ ਘਰੇ ਕਹਿੰਦੇ ਕਿ ਖਾਣਾ, ਮੈਨੂੰ ਕੁਕਿੰਗ ਮੈਨੂੰ ਨਹੀਂ ਆਉਂਦੀ, ਮੈਨੂੰ ਇਕੱਲੀ ਚਾਹ ਬਣਾਉਣੀ ਆਉਂਦੀ ਹੈ। ਉਹ ਮੈਂ ਹਮੇਸ਼ਾ ਜ਼ਿਆਦਾਤਰ ਮੈਂ ਸੋਚਦਾ ਕਿ ਮੈਂ ਆਪ ਬਣਾ ਕੇ ਪੀਵਾਂ, ਕਿਉਂਕਿ ਮੈਨੂੰ ਆਪਣੀ ਬਣਾਈ ਵੀ ਚਾਹ ਜ਼ਿਆਦਾ ਪਸੰਦ ਹੈ।